ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਝਟਕਾ ਦਿੰਦਿਆਂ ਸਾਬਕਾ ਮੰਤਰੀ ਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜਗਦੀਸ਼ ਸਿੰਘ ਗਰਚਾ, ਸੀਨੀਅਰ ਅਕਾਲੀ ਲੀਡਰ ਮਾਨ ਸਿੰਘ ਗਰਚਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਐਡਵੋਕੇਟ ਹਰਪ੍ਰੀਤ ਸਿੰਘ ਗਰਚਾ ਅੱਜ ਸਾਥੀਆਂ ਸਣੇ ਢੀਂਡਸਾ ਗਰੁੱਪ ਦੇ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਸਾਡਾ ਅਕਾਲੀ ਦਲ ਹੀ ਅਸਲੀ ਅਕਾਲੀ ਦਲ ਹੈ। ਇਹ ਅਸਲੀ ਅਕਾਲੀ ਦਲ ਹੈ, ਜਿਹੜਾ ਸਾਡਾ ਅਕਾਲੀ ਦਲ ਹੋਊਗਾ ਉਹ ਬਾਦਲ ਅਕਾਲੀ ਦਲ ਹੈ। ਹਾਂ ਨਹੀਂ, ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਚੱਲੇ ਗਏ, ਅਸਲੀ ਨਹੀਂ, ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਚੱਲੇ। ਇੱਕੋ ਨੂੰ ਦਿੰਦੇ ਨੇ ਫਤਵਾ, ਇੱਕੋ ਨੂੰ ਮਿਲਦਾ, ਜਨਤਾ ਨੇ ਇੱਕੋ ਨੂੰ ਫਤਵਾ ਦੇਣਾ, ਉਹ ਵਕਤ ਦੱਸੂਗਾ। ਸੁਖਬੀਰ ਬਾਦਲ ਜੀ ਕਹਿ ਰਹੇ ਜੀ ਤੁਸੀਂ ਉਹਦੇ ਕਰਕੇ ਜਿਹੜੀ ਪਾਰਟੀ ਛੱਡੀ ਹੈ, ਕਿਉਂਕਿ ਉਹਦੇ ਨਹੀਂ ਤੁਹਾਨੂੰ ਵੱਡੇ ਮਿਲ ਰਹੇ? ਨਹੀਂ, ਉਹਦੇ ਤਾਂ ਅਸੀਂ ਛੱਡ ਕੇ ਆਏ ਹਾਂ, ਮੇਰੇ ਕੋਲ ਤਾਂ ਸਾਰੇ ਅਹੁਦੇ ਸੀ। ਮੇਰੇ ਕੋਲ ਸੈਕਟਰੀ ਜਨਰਲ ਮੈਂ ਸੀ, ਕੋਰ ਕਮੇਟੀ ਦਾ ਮੈਂਬਰ ਮੈਂ ਸੀ, ਰਾਜ ਸਭਾ ਦਾ ਲੀਡਰ ਮੈਂ ਸੀ, ਪਰਮਿੰਦਰ ਅਸੈਂਬਲੀ ਦਾ ਲੀਡਰ ਸੀਗਾ। ਅਸੀਂ ਤਾਂ ਉਹਦੇ ਛੱਡ ਕੇ ਆਏ ਹਾਂ, ਉਹਦੇ ਤਾਂ ਲੈਣ ਵਾਲੇ ਹੋਰ ਭੱਜੇ ਫਿਰਦੇ ਨੇ। ਅਕਾਲੀ ਦਲ 'ਚ ਹੋਰ ਵੀ ਲੀਡਰ ਆ ਸਕਦੇ ਨੇ, ਵੱਡੇ ਆਉਣਗੇ ਜੀ, ਤੁਸੀਂ ਦੇਖੋਗੇ। ਹਰ ਰੋਜ਼ ਤੁਹਾਨੂੰ ਦੱਸਿਆ ਨਾ, ਸਾਡਾ ਕੰਮ ਵੱਧਦਾ ਜਾ ਰਿਹਾ, ਸਾਡੀ ਲੰਮੀ ਲਾਈਨ ਹੋ ਰਹੀ ਹੈ। ਇਸ ਮੌਕੇ ਪਹੁੰਚੇ ਪਰਮਿੰਦਰ ਢੀਂਡਸਾ ਨੇ ਇਹ ਵੀ ਆਖਿਆ ਕਿ ਉਹ ਸਾਰੇ ਹਮ ਖਿਆਲੀਆਂ ਦੇ ਨਾਲ ਮਿਲ ਕੇ ਇੱਕ ਨਵਾਂ ਫਰੰਟ ਵੀ ਬਣਾ ਸਕਦੇ ਨੇ। ਦੇਖੋ ਸਾਰੇ, ਮੈਂ ਜਿਵੇਂ ਕਿਹਾ, ਸਾਰੇ ਹਮ ਖਿਆਲੀ ਜਿਹੜੇ ਲੋਕ ਨੇ, ਜਿਹੜੇ ਪੰਜਾਬ ਦਾ ਭਲਾ ਸੋਚਦੇ ਨੇ, ਜਿਹੜੇ ਚਾਹੁੰਦੇ ਨੇ ਵੀ ਜੋ ਸਿਸਟਮਾਂ ਦੇ ਵਿੱਚ ਜੋ ਕਮੀਆਂ ਪੈਦਾ ਹੋਈਆਂ ਸਮੇਂ ਦੇ ਨਾਲ ਉਹ ਦੂਰ ਹੋਣ ਅਤੇ ਆਮ ਲੋਕਾਂ ਦੀ ਸੁਣਵਾਈ ਹੋਵੇ, ਭ੍ਰਿਸ਼ਟਾਚਾਰ ਖਤਮ ਹੋਵੇ ਅਤੇ ਜਿਹੜਾ ਹੈ ਪੰਜਾਬ ਦਾ ਵਿਕਾਸ ਹੋਵੇ, ਉਹ ਸਾਰੇ ਨੂੰ ਅਸੀਂ ਰਲ ਕੇ ਕੋਸ਼ਿਸ਼ ਕਰਾਂਗੇ ਵੀ ਇੱਕ ਫਰੰਟ ਬਣੇ। ਫਰੰਟ ਕਿਸੇ ਦੀ ਵੀ ਅਗਵਾਈ 'ਚ ਵੀ ਲੜ ਸਕਦਾ ਹੈ। ਲੁਧਿਆਣਾ ਤੋਂ ਵਿਵੇਕ ਢਾਲ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।